ਪ੍ਰਕਿਰਤੀ ਬੜੇ ਸੋਹਣੇ ਸੋਹਣੇ ਫਲ ਸਾਨੂੰ ਛਿਲਕਿਆਂ ਦੇ ਛਲਪੇਟ ਕੇ ਦਿੰਦੀ ਹੈ। ਕੇਲੇ ਦੇ ਛਿਲਕੇ, ਸੰਤਰੇ ਦੇ ਉਤੇ ਛਿਲਕੇ ਨੇ, اخਰੋਟ ਹੈ, ਬਦਾਮ ਹੈ, ਸਭ ਛਿਲਕਿਆਂ ਦੇ ਵਿੱਚ ਪ੍ਰਕਿਰਤੀ ਸਾਨੂੰ ਦਿੰਦੀ ਹੈ। ਛਿਲਕੇ ਇੱਕ ਪਾਸੇ ਕਰਕੇ ਵਿੱਚੋਂ ਗਿਰੀ ਕਢਣੀ ਪੈਂਦੀ ਹੈ। ਮਹਾਪੁਰਸ਼ ਰਮਜ ਦੇਜ ਗੱਲ ਕਰਦੇ ਨੇ। ਰਮਜ ਦੇਜ ਰਮਜ਼ ਨੂੰ ਉਘੇੜ ਕੇ ਵਿੱਚੋਂ ਤਤ ਕੱਢਣਾ ਪੈਂਦਾ ਹੈ। ਅਗਰ ਤਤ ਕੱਢਣ ਦੀ ਜਾਤ ਨਾ ਹੋਵੇ ਤਾਂ ਯਕੀਨ ਜਾਣੋ ਫਿਰ ਮਹਾਪੁਰਸ਼ਾਂ ਦੀ ਗੱਲ ਪੱਲੇ ਪੈਂਦੀ ਨਹੀਂ। ਛਿਲਕੇ ਨੂੰ ਇੱਕ ਪਾਸੇ ਕਰਨ ਦੀ ਜਾਚ ਨਾ ਆਵੇ। ਇਹਦੇ ਉੱਤੇ ਮੈਂ ਇੱਕ ਜਾਤੀ ਘਟਨਾ ਤੁਹਾਨੂੰ ਸਰਵਨ ਕਰਾ ਦਿਆਂ। ਸਵਾਵਕ ਸਾਹਮਣੇ ਆ ਗਈ ਹੈ। ਕੋਈ 25 ਧੀ ਸਾਲ ਪੁਰਾਣੀ ਗੱਲ ਮੈਂ ਬੈਂਕੋਕ ਤੇ ਆ ਉੱਥੋਂ ਦੀ ਸੰਗਤ ਨੇ ਬੁਲਾਇਆ ਥਾਈਲੈਂਡ ਰਾਤ ਦੇ 12:30 ਬਲੈਨ ਪਹੁੰਚੇ ਸੱਜਣ ਮੈਨੂੰ ਲੈ ਕੇ ਗਏ ਗੁਰਦੁਆਰੇ ਭਾਈ ਸਾਹਿਬ ਵੀ ਨਾਲ ਸਨ ਪ੍ਰਬੰਧਕ ਸੱਜਣ ਤੇ ਕਿੰਨੇ ਕਿ ਗੈਨੇ ਜੀ ਲੰਗਰ ਤੁਹਾਡੇ ਵਾਸਤੇ ਰੱਖਿਆ ਹੋਇਆ ਹੈ ਇਹ ਛੱਕ ਲਓ ਮੈਂ ਕਿਹਾ ਹੁਣ ਤੇ ਮੈਂ ਛਕਣਾ ਨਹੀਂ 2 ਵਜ ਗਏ ਸਨ 에어ਪੋਰਟ ਤੋਂ ਪਹੁੰਚਦੇ ਆ ਗੁਰਦੁਆਰੇ ਆਉਂਦੇ ਆ ਮੈਂ ਕਿਹਾ ਹੁਣ ਮੈਨੂੰ ਲੋੜ ਨਹੀਂ ਥੋੜਾ ਬਹੁਤ ਮੈਂ ਲੈ ਲਿਆ ਸੀ ਭਾਈ ਅਰਜਨ ਸਿੰਘ ਕਿਸੇ ਵਕੰਨਨ ਕਾਨਾ ਸਾਹਬ ਦੇ ਚੈਡ ਗ੍ਰੰਥੀ ਸਨ ਉਥੇ ਕਾਫੀ ਚਿਰ ਰਹਿਨੇ ਹੁਣ ਨਹੀਂ ਰਹੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਜੇ ਚਲੋ ਭੋਜਨ ਨਹੀਂ ਛਕਣਾ ਫਲ ਛਕ ਲੋ ਮੇਰੇ ਅੱਗੋਂ ਫਲ ਰੱਖੇ ਛੋਟੇ ਛੋਟੇ ਬੈਂਗਣ ਦੀ ਤਰ੍ਹਾਂ ਤੇ ਮੈਂ ਅੰਦਰੋਂ ਸੋਚਾ ਇਥੇ ਬੈਂਗਣਾ ਨੂੰ ਵੀ ਫਲ ਕਹਿੰਦੇ ਨੇ ਚੰਗਾ ਦੇਸ਼ ਇਹ ਚੰਗਾ ਮੁਲਕ ਹੈ ਸਾਡੇ ਪਾਸੇ ਤੇ ਸਬਜ਼ੀ ਕਹਿੰਦੇ ਨੇ ਤੇ ਸਬਜ਼ੀ ਇਹ ਲੋਕ ਫਲ ਕਹਿੰਦੇ ਨੇ ਤੇ ਮੈਂ ਹੱਥ ਜੋੜੇ ਮੈਂ ਕਿਹਾ ਮੈਂ ਆਰਾਮ ਕਰਨਾ ਭਾਈ ਸਭ ਜੀ ਹੁਣ ਕਾਫੀ ਟਾਈਮ ਹੋ ਗਿਆ ਹੈ ਕਹਿਣ ਲੱਗੇ ਇਸ ਤਰ੍ਹਾਂ ਸਾਡਾ ਮਨ ਪਰਚੇਗਾ ਨਹੀਂ ਤੁਸੀਂ ਫਲ ਦੇ ਛਕ ਲੋ ਮੈਂ ਕਿ ਫਿਰ ਭਾਈ ਸਾਹਿਬ ਜੀ ਸ਼ਰਮ ਵੀ ਫਿਰ ਕਿਹੜੀ ਗੱਲ ਦੀ ਮੈਂ ਪੁੱਛੀ ਲਵਾਂ ਤੁਹਾਡੇ ਇਸ ਦੇਸ਼ ਦੇ ਵਿੱਚ ਸਬਜ਼ੀ ਨੂੰ ਫਲ ਕਹਿੰਦੇ ਨੇ ਤੇ ਬੈਂਗਣ ਨੇ ਮੈਨੂੰ ਕਹਿਣ ਲੱਗੇ ਬੈਂਗਣ ਨਹੀਂ ਨੇ ਇਹ ਬੈਂਗਣਾ ਦੀ ਤਰ੍ਹਾਂ ਦਿਖਾਈ ਦਿੰਦੇ ਨੇ ਮੰਗਣੂ ਕਹਿੰਦੇ ਆ ਸੀ ਸੁਣੋ ਇਹ THAILAND ਦਾ ਸਭ ਤੋਂ ਸ਼ਰਮੌਰ ਫਲ ਹੈ ਮਿੱਠਾ ਫਲ ਹੈ ਸਵਾਦਲੀ ਭੱਲੇ ਮੈਂ ਕਹ ਅੱਛਾ ਫਿਰ ਖਾਂਦੇ ਆਂ ਤੇ ਜਿਉਂ ਚੁੱਕ ਕੇ ਮੈਂ ਮੋਜ ਪਾਣ ਲੱਗ ਕੇ ਕਹਿੰਨੇ ਕਿ ਇਹ ਨਹੀਂ ਇਹਦਾ ਛਿਲਕਾ ਪਰੇ ਕਰੀ ਦੇ ਉਹਨੇ ਇਸ ਤਰ੍ਹਾਂ ਦਬਾ ਕੇ ਤੋੜਿਆ ਮੋਟਾ ਛਿਲਕਾ ਬੜਾ ਬਾਹਰ ਇੱਕ ਪਾਸੇ ਹੋਇਆ ਵਿੱਚੋਂ ਪੂਰੀ ਗਿਰੀ ਨਿਕਲੀ ਬੜੀ ਸਵਾਦਲੀ ਬੜੀ ਮਿੱਠੀ ਹੁਣ ਜੇ ਮੈਨੂੰ ਅਸਲੀਅਤ ਦਾ ਨਾਮ ਪਤਾ ਹੁੰਦਾ ਤੇ ਮੈਂ ਉਂਝ ਮੋਜ ਪਾਣਾ ਸੀ ਨਾ ਤੇ ਜਦ ਬੇਸਵਾਦੀ ਲੱਗਦਾ ਦੇ ਸੁੱਟਣਾ ਸੀ ਮਹਾਪੁਰਸ਼ਾਂ ਦੀ ਗੱਲ ઋષਿ ਮੁਨੀਆਂ ਨੇ ਜੋ ਪੁਰਾਣਾ ਦੇ ਚ ਗਿਆ ਰਮਜ਼ ਦੇ ਚ ਗਿਆ ਰਮਜ਼ ਨੂੰ ਖੋਲਣ ਦੀ ਜਾਂਚ ਜੇ ਨਾ ਹੋਵੇ ਤੋ ਪੱਲੇ ਕੁਝ ਵੀ ਨਹੀਂ ਪੈਂਦਾ ਚਲੋ ਇਸ ਤਰ੍ਹਾਂ ਦਾ ਇੱਕ ਸ਼ਲੋਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਬਿਲਕੁਲ ਗੱਲ ਸਪਸ਼ਟ ਹੋ ਜਾਏਗੀ ਸਾਫ ਹੋ ਜਾਏਗੀ ਬਾਬਾ ਫਰੀਦ ਕਹਿੰਦੇ ਨੇ ਫਰੀਦ ਦਾ ਰਤਿ ਰਤ ਨ ਨਿਕਲੇ ਜੇ ਤਨ ਚਿਹਰੇ ਕੋਏ ਜੋ ਸ਼ਹਿ ਰਤੇ ਆਪਣੇ ਤਿੰਨ ਤਨ ਰਤ ਨ ਹੋਏ ਰਤ ਕਹਿੰਦੇ ਨੇ ਲਹੂ ਨੂੰ ਤੇ ਰਤ ਕਹਿੰਦੇ ਨੇ ਪ੍ਰੇਮ ਨੂੰ ਵੇ ਦੇ ਮਨ ਦੇ ਤੇ ਰੰਚਕ ਮਾਤਰ ਵੀ ਰਤ ਨਹੀਂ ਹੈ ਰਤ ਕਹਿੰਦੇ ਨੇ ਪ੍ਰੇਮ ਨੂੰ ਇਹਦੇ ਤਨ ਦੇ ਚ ਰਤ ਨਹੀਂ ਹੈ ਰਤ ਕਹਿੰਦੇ ਨੇ ਲਹੁ ਨਾ ਇੱਕ ਰਤੀ ਬਿੰਨ ਇੱਕ ਰਤੀ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਤੀ ਇੱਕ ਛੋਟਾ ਜਿਹਾ ਫਲ ਹੁੰਦਾ ਹੈ ਔਰ ਇਹ ਹਿਮਾਚਲ ਪ੍ਰਦੇਸ਼ ਜੰਮੂ ਦੇ ਇਲਾਕੇ ਵਿੱਚ ਬਹੁਤ ਸਾਰਾ ਹੈ ਛੋਟਾ ਜਿਹਾ ਬੂਟਾ ਹੁੰਦਾ ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਾਦਾਦ ਦੇ ਚ ਲੱਗਦੀਆਂ ਨੇ ਕਹਿੰਦੇ ਨੇ ਬਾਤ ਦੇ ਪੈਮਾਨੇ ਤੋਲਣ ਦੇ ਪੈਮਾਨੇ ਰਤੀ ਤੋਂ ਬਣੇ ਤੇ ਪਤਾ ਹੈ ਵਕਤ ਨਾਪਣ ਦਾ ਢੰਗ ਦਮਾਂ ਤੋਂ ਬਣੇ ਸਵਾਸਾਂ ਤੋਂ ਬਣਿਆ ਇੱਕ ਦਮ ਜੋ ਮੈਂ ਲਿਆ ਇਹਦੇ ਜਿੰਨਾ ਸਮਾਂ ਲੱਗਦਾ ਨਾ ਇਸੇ ਦੇ ਸਾਹ ਨਾਲ ਵਿਸੂਏ ਚਸੀਆਂ ਗੜੀਆਂ ਫਿਰ ਪਹਿਰਾਂ ਇਸੇ ਦੇ ਸਾਹਮਣ ਲ ਸੈਕਿੰਡ ਮਿੰਟ ਗੰਢ ਸਮੇਂ ਨੂੰ ਨਾਪਣ ਦਾ ਪੈਮਾਨਾ ਦਮ ਤੋਲਣ ਦਾ ਪੈਮਾਨਾ ਰਤੀਆਂ ਤੋਂ ਚੱਲਿਆ 1000 ਰਤੀਆਂ ਉਹਨ ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ ਹੈ ਵੱਧ ਘਟ ਨਹੀਂ ਆਉਂਦੀਆਂ ਅਗਰ ਇੱਕ ਦਰਾਖਤ ਨੂੰ 100 ਫਲ ਲੱਗੇ ਨੇ ਚਲੋ ਐਪਲ ਲੱਗੇ ਨੇ ਸੇਬ ਲੱਗੇ ਨੇ ਵਜ਼ਨ ਇੱਕ ਨਹੀਂ ਹੋਵੇਗਾ ਰੰਗ ਰੂਪ ਵੀ ਇੱਕ ਨਹੀਂ ਹੋਵੇਗਾ ਸਵਾਦ ਵੀ ਇੱਕ ਨਹੀਂ ਹੋਵੇਗਾ ਲੇਕਿਨ ਇੱਕ ਦਰਖਤ ਨੂੰ ਹਜ਼ਾਰਾਂ ਰਤੀਆਂ ਲੱਗਦੀਆਂ ਨੇ ਵਜ਼ਨ ਇੱਕੋ ਹੀ ਹੁੰਦਾ ਸਾਰਿਆਂ ਦਾ ਰੰਗ ਵੀ ਇੱਕ ਹੁੰਦਾ ਲਾਲ ਹੋਣ ਲਾਲ ਹੈ ਤੇ ਲਾਲ ਰੰਗ ਨੂੰ ਰੱਤਾ ਰੰਗ ਕਹਿੰਦੇ ਨੇ ਰੱਤਾ ਰਤ ਲਹੂ ਰਤ ਲਾਲ ਇਕਰਤੀ ਬਿੰਨ ਇਕਰਤੀ ਕੇ ਰਤੀ ਪ੍ਰੇਮ ਰਤੀ ਦੇ ਅਰਥ ਪ੍ਰੇਮ ਰਤੀ ਦੇ ਅਰਥ ਉਹ ਰਤੀ ਤੋਲਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਦੇ ਰਤ ਤੋਂ ਬਿਨਾ ਇੱਕ ਦੇ ਪ੍ਰੇਮ ਤੋਂ ਬਿਨਾ ਮਨੁੱਖ ਇੰਜ ਜਿਵੇਂ ਇਕ ਰਤੀ ਕੁਝ ਵੀ ਨਹੀਂ ਕੁਝ ਵੀ ਨਹੀਂ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ ਰਤੀ ਮਾਤਰ ਰਤ ਮੇਰਾ ਤਨ ਕੋਈ ਚੀਰੇ ਨਹੀਂ ਨਿਕਲੇਗਾ ਲਹੂ ਨਹੀਂ ਨਿਕਲੇਗਾ ਕਿਉਂ ਤੁਹਾਡੇ ਤਨ ਦੇ ਚ ਰਤ ਨਹੀਂ ਨਿਕਲੇਗੀ ਕਿਉਂ ਤੋ ਬਾਬਾ ਫਰੀਦ ਦੱਸ ਦੇਣੇ ਜੋ ਸ਼ੈ ਰਤੇ ਆਪਣੇ ਤਿੰਨ ਤਨ ਰਤ ਨਾ ਹੋਏ ਜੋ ਖੁਦਾ ਦੇ ਰੰਗ ਦੇ ਚ ਰਤੇ ਹੋਏ ਹੁੰਦੇ ਨੇ ਉਹਨਾਂ ਦੇ ਅੰਦਰ ਰਤ ਨਹੀਂ ਆਉਂਦੀ ਹੁਣ ਇਹ ਬਾਬਾ ਫਰੀਦ ਰਮਜ਼ ਦੇ ਚ ਗੱਲ ਪੇ ਕਰਦੇ ਨੇ ਰਮਜ਼ ਦੇ ਚ ਤੇ ਜੇ ਰਮਜ਼ ਖੋਲਣ ਦੀ ਜਾਂਚ ਨਾ ਆਈ ਤੋ ਬਾਬੇ ਫਰੀਦ ਦਾ ਇਹ ਸ਼ਲੋਕ ਮਨੁੱਖ ਦੀ ਦੁਨੀਆ ਚ ਗੁਮਨਾਮ ਰਹਿ ਜਾਏਗਾ ਕੁਛ ਵੀ ਨਹੀਂ ਫੇਵੀ ਮੈਂ ਅਰਜ਼ ਕਰਦੇ ਆਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਸਾਰੇ ਬੋਲ ਇਸ ਤਰ੍ਹਾਂ ਦੇ ਨੇ ਰਮਜ਼ ਭਰੇ ਨੇ ਜਿਵੇਂ ਪਉਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਇਸ ਰਮਜ਼ ਨੂੰ ਭਾਈ ਗੁਰਦਾਸ ਨੇ ਖੋਲੇ ਇਹ ਸਬਜੈਕਟ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿ ਰਮਜ਼ ਨਹੀਂ ਖੋਲੀ ਗਈ ਅਰਥਾਂ ਦਾ ਅਨਰਥ ਹੋ ਜਾਏਗਾ ਇਸ ਰਮਜ਼ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਥੱਲੇ ਖੋਲੇ ਹੈ ਬਿਕਿਦਰੇ ਇਹ ਨ ਸਮਲੋ ਕੇ ਫਰੀਦ ਇਹ ਕਹਿ ਰਹੇ ਨੇ ਮੇਰੇ ਤਨ ਦੇ ਚ ਲਹੂ ਨਹੀਂ ਹੈ ਫਰੀਦ ਇਹ ਨਹੀਂ ਕਹਿ ਰਹੇ ਫਿਰ ਫਰੀਦ ਕੀ ਕਹਿ ਰਹੇ ਨੇ ਇਸੇ ਹੀ ਸ਼ਲੋਕ ਦੇ ਥੱਲੇ ਸ਼ਲੋਕ ਹੈ ਮਾਲਾਂ ਥੀ ਜਾ ਗੁਰੂ ਅਮਰਦਾਸ ਜੀ ਦਾ ਫਰੀਦ ਇਹ ਤਨ ਸਬੋ ਰਤ ਹੈ ਰਤ ਬਿਨ ਤਨ ਨਾ ਹੋਏ ਫਰੀਦ ਤਨ ਤੇ ਸਾਰਾ ਲਹੂ ਹੈ ਲਹੂ ਤੋਂ ਬਿਨਾ ਤਨ ਹੋ ਨਹੀਂ ਸਕਦਾ ਕੋ ਨਹੀਂ ਸਕਦਾ ਫਰੀਦਾ ਇਹ ਤਨ ਸੱਬੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਜਿਹੜੇ ਖੁਦਾ ਦੇ ਰੰਗ ਦੇ ਚ ਰਤੇ ਹੋਏ ਹੁੰਦੇ ਨੇ ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਆਉਂਦੀ ਲੋਭਮਨ ਦੇ ਚੋਂਦਾ ਕਿਨ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਲੋਭ ਦੀ ਪੂਰਤੀ ਨਹੀਂ ਹੁੰਦੀ ਲੋੜਾਂ ਦੀ ਪੂਰਤੀ ਕਰਨਾ ਸਹਿਜ ਹੈ ਲੇਕਿਨ ਲੋੜ ਦੀ ਪੂਰਤੀ ਹੋ ਸਕਦੀ ਹੈ ਲੋਭ ਦੀ ਨਹੀਂ ਇਹ ਵੀ ਮੈਂ ਇੱਕ ਉਦਾਹਰਣ ਦੇ ਦਿਆਂ ਖੁਲਾਸਾ ਕਿ ਸ਼ਬਦ ਫਿਰ ਜਿਵੇਂ ਬੰਦੇ ਨੂੰ ਭੁੱਖ ਲੱਗੀ ਏ ਸਹਿਜ ਐ ਤੇ ਰੋਟੀ ਖਾ ਰਿਹਾ ਖਾਣਾ ਵੀ ਸਹਿਜ ਐ ਸਹਿਜ ਦੇ ਅਖਰੀ ਅਰਥ ਨੇ ਸਵੈਮ ਤੋਂ ਜਨਮੇ ਆਪਣੇ ਵਿੱਚੋਂ ਜੋ ਪੈਦਾ ਹੋਇਆ ਹੈ ਸਵੈਮ ਤੋਂ ਜੋ ਜਨਮੇ ਸਹਿਜ ਭੁੱਖ ਅੰਦਰੋਂ ਪੈਦਾ ਹੋਈ ਏ ਸਹਿਜ ਹੁਣ ਭੋਜਨ ਖਾ ਰਿਹਾ ਸਹਿਜ ਇਹ ਖਾਣਾ ਵੀ ਸਹਿਜ ਭੁੱਖ ਮਿਟ ਗਈ ਏ ਤੇ ਹੁਣ ਖਾ ਰਿਹਾ ਏ ਇਹ ਖਾਣਾ ਸਹਿਜ ਨਹੀਂ ਹੈ ਅਸਹਿਜ ਹੈ ਇਹ ਹੁਣ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਤੰਦਰੁਸਤੀ ਨਹੀਂ ਤਵਾਨਾਈ ਨਹੀਂ ਹੁਣ ਇੱਕ ਇੱਕ ਬੁਰਕੀ ਜ਼ਹਿਰ ਹੋਵੇਗੀ ਅੰਮ੍ਰਿਤ ਨਹੀਂ ਕਿਉਂਕਿ ਭੁੱਖ ਨਹੀਂ ਇਤਖਾਰ ਹੈ ਭੋਜਨ ਦੇ ਕਿ ਸਥਾਂ ਤੇ ਰੁਕਣਾ ਇਹਨੂੰ ਗਿਆਨ ਕਹਿੰਦੇ ਨੇ ਪਦਾਰਥਾਂ ਦੇ ਵਿੱਚ ਕਿੱਥੇ ਰੁਕਣਾ ਹੈ ਇਹਨੂੰ ਸਬਰ ਸੰਤੋਖ ਕਹਿੰਦੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਲੋਭ ਦੀ ਨਹੀਂ ਆਉਂਦੀ ਅੱਜ ਤੱਕ ਨਹੀਂ ਹੋਈ ਪਤਾ ਹੈ ਲੋਭੀ ਦੀ ਨਿਗਾਹ ਕਿਸਤੇ ਆਉਂਦੀ ਹੈ ਜੋ ਨਹੀਂ ਹੈ ਕੋਲ ਨਹੀਂ ਹੈ ਉਸਤੇ ਹੈ ਅਗਰ ਉਹ ਵੀ ਹੋ ਜਾਏ ਕੋਲ ਤਾਂ ਫਿਰ ਵੀ ਨਿਗਾਹ ਉਥੇ ਚੱਲ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ ਜੋ ਹੁਣ ਵੀ ਨਹੀਂ ਹੈ ਤੇ ਜੇ ਉਹ ਵੀ ਹੋ ਜਾਏ ਤੋ ਫਿਰ ਵੀ ਨਿਗਾਹੋ ਥੇ ਚਲੀ ਜਾਂਦੀਏ ਜੋ ਹੁਣ ਵੀ ਨਹੀਂ ਹੈ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਸਭ ਕੁਝ ਤੇ ਹੁੰਦਾ ਨੇ ਇਸ ਵਾਸਤੇ ਲੋਭੀ ਕਦੀ ਸ਼ਾਂਤ ਨਹੀਂ ਹੁੰਦਾ ਲੋਭੀ ਕਦੀ ਤ੍ਰਿਪਤ ਨਹੀਂ ਹੁੰਦਾ ਲੋਭੀ ਕਦੀ ਧਾਰਮਿਕ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਲੋਭੀ ਪਾਪੀ ਹੁੰਦਾ ਕਬੀਰ ਜਹਾਂ ਲੋਭ ਤਹਾਂ ਪਾਪ ਹੈ ਮੁਖਤਸ਼ਰ ਮੈਂ ਅਰਜ਼ ਕਰਾਂ ਰਮਸਦੇ ਜੋ ਗੱਲਾਂ ਆਖੀਆਂ ਗਈਆਂ ਨੇ ਪੁਰਾਣਾ ਵਿੱਚ ਇੰਦਰ ਲੱਖਾਂ ਕਰੋੜਾਂ ਮਨੁੱਖ ਹੋਣਗੇ ਜਿਨ੍ਹਾਂ ਨੂੰ ਅਸੀਂ ਇੰਦਰ ਕਹਿ ਸਕਦੇ ਹਾਂ ਬਸ ਇੰਦਰੀਆਂ ਦੇ ਤਲ ਤੇ ਜੀ ਰਹੇ ਨੇ ਇਤਨਾ ਪਤਾ ਹੈ ਅੱਖਾਂ ਦਾ ਰਸ ਰਸਨਾ ਦਾ ਰਸ ਕੰਨਾਂ ਦਾ ਰਸ ਖਲੜੀ ਦਾ ਰਸ ਨਾਸਕਾ ਦਾ ਰਸ ਬਸ ਇਹ ਹੀ ਹੁੰਦਾ ਹੈ ਆਤਮਾ ਦਾ ਰਸ ਪਰਮਾਤਮਾ ਦਾ ਰਸ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਇਹ ਕਿਸ ਨੂੰ ਪਤਾ ਚੱਲਦਾ ਹੈ ਇੰਦਰ ਜੀਤ ਜੋ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਜੋ ਕੰਡੇ ਰਸ ਤੋਂ ਰਸਨਾ ਦੇ ਰਸ ਤੋਂ ਕੰਨਾਂ ਦੇ ਰਸ ਤੋਂ ਨਾਸਕਾ ਦੇ ਰਸ ਤੋਂ ਖਲੜੀ ਦੇ ਰਸ ਤੋਂ ਅੱਗੇ ਚਲਾ ਗਿਆ ਮੈਂ ਕੁਝ ਬੁਨਿਆਦੀ ਵਿਚਾਰਾਂ ਤੁਹਾਡੇ ਸਾਹਮਣੇ ਰੱਖ ਰਿਹਾ ਜ਼ਿੰਦਗੀ ਐਵੇਂ ਨਾ ਲੰਘ ਜਾਏ ਗੁਰਵਾਣੀ ਵਾਹਿਗੁਰੂ ਮੰਤਰ ਦਾ ਜਪ ਅੱਖਾਂ ਦਾ ਰਸ ਨਹੀਂ ਹੈ ਇਹ ਜ਼ਬਾਨ ਦਾ ਵੀ ਰਸ ਨਹੀਂ ਤੁਸੀਂ ਚੱਖ ਲੋ ਖੱਟੀ ਐ ਮਿੱਠੀ ਐ ਸਲੋਣੀ ਇਹ ਕੰਨਾਂ ਦਾ ਰਸ ਵੀ ਨਹੀਂ ਹੈ ਇਹ ਨਾਸਕਾ ਦਾ ਵੀ ਰਸ ਨਹੀਂ ਤੁਸੀਂ ਸੁੰਘ ਲੋ ਵੀ ਮੈਂ ਇੱਕ ਕੈਸੀ ਇਹ ਖਲੜੀ ਦਾ ਰਸ ਵੀ ਨਹੀਂ ਤੁਸੀਂ ਸਪਰਸ਼ ਕਰ ਲੋ ਤੇ ਬੰਦੇ ਕੋਲ ਗਿਆਨ ਤੇ ਇਹ ਹੀ ਇਹ ਨਹੀਂ ਦੱਸਾਂ ਦਾ ਗਿਆਨ ਹੈ ਇਹ ਸੁਆਸਤੇ ਨਾਸਤਕ ਕਹਿੰਦੇ ਨੇ ਇਨ੍ਹਾਂ ਰਸਾਂ ਤੋਂ ਇਲਾਵਾ ਹੋਰ ਕੋਈ ਰਸ ਹੈ ਹੀ ਨਹੀਂ ਸਹੀ ਭਾਰਤ ਦੇ ਸੰਤ ઋષਿ ਮੋਨੇ ਅਵਤਾਰ ਸਭ ਗਲਤ ਕਹਿੰਦੇ ਨੇ ਆਤਮਾ ਦਾ ਰਸ ਕੋਈ ਰਸ ਨਹੀਂ ਇਹਨਾਂ ਦਾ ਰਸ ਹੈ ਕੁਝ ਵੇਖ ਕੇ ਰਸ ਮਿਲਦਾ ਹੈ ਕੁਝ ਸੁਣ ਕੇ ਰਸ ਮਿਲਦਾ ਹੈ ਕੁਝ ਖਾ ਕੇ ਰਸ ਮਿਲਦਾ ਹੈ ਕੁਝ ਸੁੰਘ ਕੇ ਰਸ ਮਿਲਦਾ ਹੈ ਕੁਝ ਸਬਰਸ਼ ਕਰਕੇ ਮਿਲਦਾ ਇਸ ਤੋਂ ਇਲਾਵਾ ਵੀ ਕੋਈ ਰਸ ਹੈ ਸੀ ਮੰਨਦੇ ਹੀ ਨਹੀਂ ਨਹੀਂ ਅਰ ਮੈਂ ਅਰਜ਼ ਕਰਾਂ ਉਸ ਨੂੰ ਵਾਕਈ ਮਨੁੱਖ ਮਨੇ ਵੀ ਕਿਸਨਾ ਸਕਦਾ ਜਿਹਦੀ ਸਮਝ ਕੋਈ ਨਹੀਂ ਔਖੇ ਨਾ ਹੋਣਾ ਮੈਂ ਹੱਥ ਜੋੜ ਕੇ ਮਾਫੀ ਮੰਗਾ 1000 ਬੰਦਾ ਗੁਰਦੁਆਰੇ ਬੈਠਾ ਹੋਵੇ 2000 ਬੰਦੇ ਮੰਦਰ ਦੇ ਚ ਬੈਠੇ ਹੋਣ ਕਿਸੇ ਇੱਕ ਕਦ ਨੂੰ ਪਤਾ ਹੋਵੇਗਾ ਪ੍ਰਮਾਤਮਾ ਦਾ ਬਾਕੀਆਂ ਦਾ ਨਹੀਂ ਬਾਕੀਆਂ ਨੂੰ ਨਹੀਂ ਪਤਾ ਹੋਵੇ ਤੇ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਧਿਆਨ ਨਾਲ ਸੁਣਨਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਨਹੀਂ ਹੈ ਹੋਵੇਗਾ ਪ੍ਰਮਾਤਮਾ ਰੋਮ ਰੋਮ ਦੇ ਚ ਹੋਵੇਗਾ ਜ਼ਰਰੇ ਜ਼ਰਰੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਹੈ ਤੋਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਇਹ ਦੇ ਉਤੇ ਜਿਹੜਾ ਮੈਂ ਉਦਾਹਰਣ ਦੇਣਾ ਉਹਨਾਂ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਨਾਨਕੇ ਦਾਦਕੇ ਸੌਰੇ ਪਸ਼ੂਆਂ ਦੇ ਵੀ ਹੁੰਦੇ ਨੇ ਨਾਨੀ ਉਹਨਾਂ ਦੀ ਵੀ ਆਉਂਦੀ ਹੈ ਸੱਸ ਉਹਨਾਂ ਦੀ ਵੀ ਆਉਂਦੀ ਹੈ ਦਾਦੀ ਉਹਨਾਂ ਦੀ ਵੀ ਆਉਂਦੀ ਹੈ ਮਾਂ ਭੈਣ ਉਹਨਾਂ ਦੀ ਵੀ ਆਉਂਦੀ ਹੈ ਪਰ ਸਮਝ ਨਹੀਂ ਪਰਵਾਰ ਦੇ ਹੁੰਦਿਆਂ ਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਸਮਝ ਨਹੀਂ ਬੜੇ ਧਿਆਨ ਨਾਲ ਸੁਣਨਾ ਪਰਵਾਰ ਦੇ ਹੁੰਦਿਆਂ ਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਉਹਦੀ ਜ਼ਿੰਦਗੀ ਦੱਸਤੀ ਹੈ ਨਿਰੰਕਾਰ ਦੇ ਹੁੰਦਿਆਂ ਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਸਮਝ ਨਾ ਇਹ ਮਨੁੱਖ ਦੀ ਜ਼ਿੰਦਗੀ ਦੱਸਦੀ ਪਈਏ ਰੱਬ ਤੋਂ ਬਿਨਾਂ ਜੀ ਰਿਹਾ ਹੈ ਪਰਮਾਤਮਾ ਆਨੰਦ ਹੈ ਤੇ ਦੁੱਖ ਦੇ ਚ ਜੀ ਰਿਹਾ ਹੈ ਪਰਮਾਤਮਾ ਮਹਾ ਰਸ ਹੈ ਤੇ ਬੇਰਸੇ ਦੇ ਜੀ ਰਿਹਾ ਹੈ ਪਰਮਾਤਮਾ ਮਹਾ ਚਾਨਣ ਹੈ ਤੇ ਹਨੇਰੇ ਜੀ ਰਿਹਾ ਹੈ ਇਹ ਮਨੁੱਖ ਦੀ ਜ਼ਿੰਦਗੀ ਦੱਸਦੀ ਪਈਏ ਪਰਮਾਤਮਾ ਤੋਂ ਬਿਨਾਂ ਜੀ ਰਿਹਾ ਹੈ ਪਸ਼ੂ ਦੀ ਤਰਜ਼ੇ ਜ਼ਿੰਦਗੀ ਦੱਸਦੀ ਪਈਏ ਕਿ ਇਹ ਪਰਿਵਾਰ ਤੋਂ ਬਿਨਾਂ ਜੀ ਰਿਹਾ ਹੈ